ਪਠਾਨਕੋਟ ਦੇ ਨੇੜੇ ਲੱਗਦੇ ਚੱਕੀ ਦਰਿਆ ਦੇ ਵਿੱਚ ਨਹਾਉਣ ਗਏ ਦੋ ਨੌਜਵਾਨਾਂ ਦੀ ਮੌਤ ਦਾ ਸਮਾਚਾਰ ਪ੍ਰਾਪਤ ਹੋਇਆ। ਮ੍ਰਿਤਕ ਨੌਜਵਾਨ ਦੀ ਉਮਰ 12 ਸਾਲ ਦੱਸੀ ਜਾ ਰਹੀ ਹੈ। ਇਹ ਨੌਜਵਾਨ ਪਠਾਨਕੋਟ ਦੇ ਰਾਮਪੁਰਾ ਮੁਹੱਲੇ ਦਾ ਰਹਿਣ ਵਾਲਾ ਸੀ। ਜਦ ਇਸ ਘਟਨਾ ਦਾ ਪਤਾ ਲੱਗਿਆ ਤਾਂ ਚੱਕੀ ਦਰਿਆ ਤੇ ਰਾਮਪੁਰਾ ਮੁਹੱਲੇ ਦੇ ਲੋਕ ਇਕੱਠਾ ਹੋਣਾ ਸ਼ੁਰੂ ਹੋ ਗਏ। ਸਾਨੂੰ ਕੰਟਰੋਲ ਤੋਂ ਫੋਨ ਆਇਆ ਸੀ ਜੀ, ਦੋ ਲੜਕੇ ਇੱਥੇ ਨਹਾਉਣ ਆਏ ਸੀ ਚੱਕੀ 'ਚ। ਇਹਦੇ ਵਿੱਚ ਇੱਕ ਲੜਕਾ ਜਿਹੜਾ ਵਿਨਾਇਕ ਕ੍ਰਾਸ ਕਰਦਿਆਂ ਸਾਫ ਆਪਣਾ ਡੁੱਬ ਗਿਆ ਜੀ। ਉਸ ਤੋਂ ਬਾਅਦ ਮੌਕੇ 'ਤੇ ਪਹੁੰਚੇ, ਤੁਹਾਨੂੰ ਕਾਫੀ ਯਤਨ ਨਾਲ ਜਿਹੜੀ ਉਹ ਬੋਡੀ ਰਿਕਵਰ ਕੀਤੀ ਸੀ, ਉਹ ਬੱਚੇ ਦੀ ਮੌਤ ਹੋ ਗਈ। ਜੇਕਰ ਸਥਾਨਕ ਲੋਕਾਂ ਦੀ ਮੰਨੀਏ ਤਾਂ ਲੋਕਾਂ ਦਾ ਕਹਿਣਾ ਹੈ ਕਿ ਦਰਿਆ ਦੇ ਵਿੱਚ ਪਾਣੀ ਤਾਂ ਘੱਟ ਸੀ, ਪਰ ਨਾਜਾਇਜ਼ ਮਾਈਨਿੰਗ ਦੇ ਚੱਲਦੇ ਹੋਏ ਦਰਿਆ ਦੇ ਵਿੱਚ ਵੱਡੇ ਵੱਡੇ ਖੱਡੇ ਪਏ ਹੋਏ ਨੇ, ਜਿਸ ਦੇ ਕਾਰਨ ਇਹ ਭਿਆਨਕ ਹਾਦਸਾ ਵਾਪਰਿਆ। ਅੱਜ ਰਾਮਪੁਰ ਮੁਹੱਲੇ 'ਚ ਇੱਕ ਵਿਅਕਤੀ ਨੇ ਆ ਕੇ ਸਾਨੂੰ ਦੱਸਿਆ ਕਿ ਤੁਹਾਡੇ ਮੁਹੱਲੇ ਦਾ ਇੱਕ ਲੜਕਾ ਜਿਹਦਾ ਨਾਮ ਵਿਨਾਇਕ ਸ਼ਰਮਾ ਹੈਗਾ, ਉਹ ਚੱਕੀ ਪੁੱਲ ਦੇ 'ਚ ਡੁੱਬ ਗਿਆ ਜੇ। ਜਦੋਂ ਸਾਨੂੰ ਇਸ ਗੱਲ ਦਾ ਪਤਾ ਲੱਗਿਆ, ਅਸੀਂ ਸਾਰਾ ਮੁਹੱਲਾ ਅਤੇ 2 ਘੰਟੇ ਦੀ ਮਸ਼ਕਤ ਤੋਂ ਬਾਅਦ ਹੁਣ ਜਾ ਕੇ ਬੱਚੇ ਦੀ ਡੈੱਡ ਬੋਡੀ ਰਿਕਵਰ ਹੋਈ ਹੈ। ਕਿ ਪਾਣੀ ਬਣਾ ਉਹਨਾਂ ਦੀ ਮ੍ਰਿਤਿਊ ਹੋਈ ਹੈ ਇਹਦੀ। ਜੋ ਦੇਖ ਕੇ ਪਤਾ ਲੱਗਿਆ ਉਹ ਇਹੀ ਹੈ ਕਿ ਮਾਈਨ ਕਾਰਨ ਇੱਥੇ ਚੱਕੀ ਦੇ 'ਚ ਥਾਂ ਥਾਂ 'ਤੇ ਬਹੁਤ ਵੱਡੇ ਵੱਡੇ ਗੱਡੇ ਹੋ ਗਏ ਨੇ, ਜਿੰਨਾ 'ਚ ਮਿੱਟੀ ਭਰਨ ਨਾਲ ਉਸ ਬੱਚੇ ਦੇ ਪੈਰ ਉੱਥੇ ਧੱਸ ਗਏ ਸੀਗੇ, ਜਿਹਦੇ ਕਰਕੇ ਉਹਦੀ ਮੌਤ ਹੋ ਗਈ ਹੈ। ਪਠਾਨਕੋਟ ਤੋਂ ਅਨਿਲ ਭਾਰਦਵਾਜ ਦੀ ਰਿਪੋਰਟ, ਪਹਿਰੇਦਾਰ ਟੀਵੀ।